ਬੀਤੇ ਦਿਨੀ ਨਵੀਂ ਰਾਜਨੀਤਿਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਆਪ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਬ੍ਰਹਮਪੁਰਾ ਦੇ ਗ੍ਰਹਿ ਵਿਖੇ ਬੰਦ ਕਮਰਾ ਮੀਟਿੰਗ ਕੀਤੀ ਹੈ। ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਬ੍ਰਹਮਪੁਰਾ ਨਾਲ ਗੱਲਬਾਤ ਕੀਤੀ ਸੀ। ਅਸੀਂ ਆਸ਼ੀਰਵਾਦ ਲਈਏ ਪਰਮਾਤਮਾ ਈਸ਼ਵਰ ਵਾਹਿਗੁਰੂ ਦੇ ਚਰਨਾਂ 'ਚ ਦਰਬਾਰ ਸਾਹਿਬ ਦੁਰਗਿਆਨਾ ਮੰਦਿਰ ਰਾਮ ਤੀਰਥ ਦੇ ਪਵਿੱਤਰ ਅਸਥਾਨਾਂ 'ਤੇ ਆਣ ਕੇ ਆਪਣੇ ਸੂਬੇ ਲਈ ਅਰਦਾਸ ਕਰਨ ਆਇਆ ਕਿ ਜਿਹੜੀ ਸਾਡੀ ਪੰਜਾਬ ਦੇ ਲੋਕਾਂ ਦੀ ਆਮ ਜਨਤਾ ਦੀ ਪਾਰਟੀ ਬਣੀ ਆ ਪੰਜਾਬੀ ਏਕਤਾ ਪਾਰਟੀ, ਉਸ ਨੂੰ ਸਮਰੱਥਾ ਬਖਸ਼ੇ ਵਾਹਿਗੁਰੂ ਪਰਮਾਤਮਾ ਕਿ ਜੋ ਸਾਡਾ ਪੰਜਾਬ ਜਿਸ ਦਾ ਬੇੜਾ ਗਰਕ ਕਰ ਦਿੱਤਾ, ਇਹਨਾਂ ਨੇ ਇਸ ਨੂੰ ਤਹਿਸ਼ ਨਹਿਸ਼ ਕਰਤਾ, ਲਾਲਚੀ ਲੋਕਾਂ ਨੇ, ਕਰਪਟ ਪਾਰਟੀਆਂ ਨੇ, ਉਸ ਨੂੰ ਅੱਜ ਦੇ ਜਿਹੜੀਆਂ ਉਹਦੀਆਂ ਚੁਣੌਤੀਆਂ ਉਹਦੇ ਤੋਂ ਬਾਹਰ ਕੱਢਿਆ ਜਾ ਸਕੇ, ਪੰਜਾਬ ਦਾ ਸ਼ਾਨਦਾਰ ਇਤਿਹਾਸ ਬਹਾਲ ਕੀਤਾ ਜਾ ਸਕੇ, ਔਰ ਜੋ ਨਸ਼ੇ ਨੇ ਪੰਜਾਬ 'ਚ, ਜੋ ਬੇਰੁਜ਼ਗਾਰੀ ਆ, ਜੋ ਭ੍ਰਿਸ਼ਟਾਚਾਰ ਹੈ, ਜੋ ਕਿਸਾਨ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਹੇ ਨੇ, ਸਾਡੇ ਆਮ ਦਰਮਿਆਨੇ ਵਪਾਰੀ ਉਹ ਪਿਸ ਰਹੇ ਨੇ, ਐਜੂਕੇਸ਼ਨ ਹੈਲਥ ਕੇਅਰ ਢਹਿ ਢੇਰੀ ਹੋ ਚੁੱਕੀ ਆ, 2.5 ਲੱਖ ਕਰੋੜ ਦਾ ਕਰਜ਼ਾ ਚੜ੍ਹ ਚੁੱਕਿਆ ਸਟੇਟ 'ਤੇ, ਪਿਛਲੇ ਕੁਛ ਦਹਾਕਿਆਂ 'ਚ ਸਾਡੇ ਇੱਥੋਂ ਦੇ ਪੋਲੀਟੀਕਲ ਲੀਡਰਸ਼ਿਪ ਨੇ ਇਲੈਕਟੋਰਲ ਪ੍ਰਣਾਲੀ, ਜਿਹੜੀ ਚੋਣ ਪ੍ਰਣਾਲੀ ਉਹਦਾ ਉਸਨੂੰ ਬਹੁਤ ਬੁਰੀ ਤਰ੍ਹਾਂ ਪਲਿਊਟ ਅਤੇ ਕਰਪਟ ਕੀਤਾ ਵਾ। ਸਾਰੀਆਂ ਚੋਣਾਂ ਵਿੱਚ ਸ਼ਰਾਬ, ਪੈਸਾ, ਪੁੱਕੀ, ਡੋਡੇ, ਨਸ਼ੇ, ਇਹ ਸਾਰੀਆਂ ਗੱਲਾਂ ਤੋਂ ਨਜਾਤ ਦਿਵਾਉਣ ਵਾਸਤੇ ਅਸੀਂ ਆਪਣੀ ਇਹ ਪੰਜਾਬੀ ਏਕਤਾ ਪਾਰਟੀ ਖੜੀ ਕੀਤੀ ਆ, ਔਰ ਉਸ ਲਈ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਸ਼ਕਤੀ ਪ੍ਰਾਪਤ ਕਰਨ ਵਾਸਤੇ, ਤਾਂ ਕਿ ਇਹਨਾਂ ਨਾਲ ਲੜਨਾ, ਇਹ ਬਹੁਬਲੀ ਤਾਕਤਵਰ ਪੋਲੀਟੀਕਲ ਪਾਰਟੀਆਂ ਨਾਲ ਲੜ ਸਕੀਏ, ਇਹ ਉਹਨਾਂ ਦੇ ਚਰਨਾਂ ਵਿੱਚ ਵਾਹਿਗੁਰੂ ਦੇ ਅਰਦਾਸ ਕਰਨ ਲਈ ਹਾਜ਼ਰ ਹੋਏ।